ਸੋ ਸਟੂਡੈਂਟ ਆਪਾਂ ਲਾਸਟ ਟਾਈਮ ਜੋ ਕੀਤਾ ਸੀਗਾ ਕਿ ਨਾਲ ਦੇ ਰਿਗਾਰਡਿੰਗ ਆਪਾਂ ਟਾਈਪਸ ਵਗੈਰਾ ਆਪਾਂ ਖਤਮ ਕਰ ਚੁੱਕੇ ਸੀਗੇ, ਠੀਕ ਆ? ਜੋ ਆਪਣਾ ਲਾਸਟ ਟੌਪਿਕ ਸੀਗੇ ਟਾਈਪ ਅਸੀਂ ਕਰ ਲਈਆਂ ਸੀਗੀਆਂ, ਜਿੰਨੀਆਂ ਵੀ ਉਹਦੀ ਟਾਈਪ ਸੀ ਕਲਾਸੀਫਿਕੇਸ਼ਨ ਅਸੀਂ ਸਾਰੀਆਂ ਦੇਖ ਲਈਆਂ ਸੀ, ਠੀਕ ਆ? ਅਸੀਂ ਹੁਣ ਜੋ ਕਰ ਰਹੇ ਸੀ ਟੌਪਿਕ ਸੀ ਮੇਨਟੇਨੈਂਸ ਆਫ ਕੈਨਾਲ, ਇਰੀਗੇਸ਼ਨ ਕੈਨਾਲ, ਇਰੀਗੇਸ਼ਨ ਕੈਨਾਲ ਦੀ ਮੇਨਟੇਨੈਂਸ ਦੀ ਗੱਲ ਕੀਤੀ ਸੀ ਪਿਛਲੇ ਦੀ, ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਵੀ ਲਿਆ ਸੀ ਕਿ ਕੈਨਾਲ ਜਦੋਂ ਹੁਣ ਕੋਈ ਵੀ ਭਾਵੇਂ ਬਿਲਡਿੰਗ ਦੀ ਗੱਲ ਕਰੀਏ, ਕੋਈ ਵੀ ਆਪਣਾ ਸਟਰਕਚਰ ਆ, ਹਰ ਚੀਜ਼ ਜਿਹੜੀ ਆ ਉਹ ਮੇਨਟੇਨੈਂਸ ਮੰਗਦੀ ਆ ਟਾਈਮਲੀ, ਥੋੜੇ ਟਾਈਮ ਬਾਅਦ ਭਾਵੇਂ ਉਹ ਕਿੰਨੀ ਵੀ ਤੁਸੀਂ ਬਣਾਈ ਆ, ਭਾਵੇਂ ਕੌਂਕਰੀਟ ਲਾਈਨਿੰਗ ਨਾਲ ਕੀਤੀ ਜਿੱਦਾਂ ਵੀ ਕੀਤੀ ਆ, ਉਹ ਹਰੇਕ ਚੀਜ਼ ਜਿਹੜੀ ਆ ਮੇਨਟੇਨੈਂਸ ਮੰਗਦੀ ਹੀ ਮੰਗਦੀ ਆ। ਜੇ ਮੇਨਟੇਨੈਂਸ ਹੋਊਗੀ ਤੇ ਉਹ ਐਫੀਸ਼ੈਂਟਲੀ ਆਪਣਾ ਕੰਮ ਕਰਦੀ ਰਹਿੰਦੀ ਆ, ਠੀਕ ਆ? ਤੇ ਟਾਈਮਲੀ ਮੇਨਟੇਨੈਂਸ ਕਰਨੀ ਬਹੁਤ ਜ਼ਰੂਰੀ ਹੈ ਇਰੀਗੇਸ਼ਨ ਦੇ ਕੇਸਿਸ ਦੇ ਵਿੱਚ। ਜੇਕਰ ਅਸੀਂ ਮੇਨਟੇਨੈਂਸ ਨਹੀਂ ਕਰਦੇ, ਕਨਾਲ ਬ੍ਰਿਜਿਸ ਵਗੈਰਾ ਕ੍ਰੀਏਟ ਹੋ ਰਹੀਆਂ ਕਿਸੇ ਤਰ੍ਹਾਂ ਦੀਆਂ, ਉਹਦੇ ਨਾਲ ਇਹ ਆ ਕਿ ਆਪਣੇ ਜਿਹੜੀ ਆ ਫਲੱਡ ਦੇ ਚਾਂਸਿਸ ਆ ਜਾਂਦੇ ਆ, ਜਿੱਦਾਂ ਬਿਫੋਰ ਮਾਨਸੂਨ, ਠੀਕ ਆ, ਜਦੋਂ ਰੇਨੀ ਸੀਜ਼ਨ ਆਉਂਦਾ ਉਸ ਤੋਂ ਪਹਿਲਾਂ ਕੀ ਆ ਕਿ ਇਹ ਜੋ ਵੀ ਇਰੀਗੇਸ਼ਨ ਸਟਰਕਚਰਸ ਹੈਗੇ ਆ ਉਹਨਾਂ ਨੂੰ ਆਪਾਂ ਦਰੁਸਤ ਕਰ ਲੈਂਦੇ, ਸਹੀ ਕਰ ਲੈਂਦੇ ਆ, ਕਿਸੇ ਤਰ੍ਹਾਂ ਦੀ ਕੋਈ ਕਿਤੇ ਫਾਲਟ ਹੈਗੇ ਆ ਉਹਨਾਂ ਨੂੰ ਅਸੀਂ ਸਹੀ ਕਰਦੇ। ਜਿਹੜੀ ਆਪਾਂ ਇਸ ਆਪਾਂ ਕ੍ਰੋਸ ਐਕਸ਼ਨਿੰਗ ਕੀਤੀ ਸੀ, ਤੁਸੀਂ ਦੇਖਿਆ ਹੋਣਾ ਵਨ ਸਾਈਡ ਅਸੀਂ ਜਿਹੜੀ ਅਨਲਾਈਨਡ ਕੈਨਾਲ ਸੀ, ਅਨਲਾਈਨਡ ਕੈਨਾਲ ਆ ਉਹਦੀ ਇੱਕ ਸਾਈਡ ਦੇ ਉੱਤੇ ਇੰਸਪੈਕਸ਼ਨ ਰੋਡ ਜ਼ਰੂਰ ਹੁੰਦੀ, ਵੈਸੇ ਬੋਥ ਸਾਈਡ ਵੀ ਬਣਾ ਸਕਦੇ, ਇੱਕ ਸਾਈਡ ਤੇ ਜ਼ਰੂਰ ਹੁੰਦੀ ਹੈ ਜਿਹੜੀ ਕਿ ਇੰਸਪੈਕਟ ਕਰਦੀ ਆ ਕਿ ਕਿਤੇ ਕੋਈ ਵੀ ਕੈਨਾਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਕਿ ਨਹੀਂ। ਮੇਨ ਪ੍ਰੋਬਲਮ ਇਹ ਆ ਕਿ ਜੇ ਫਲੱਡ ਦੀ ਮੈਂ ਗੱਲ ਕਰ ਰਿਹਾ ਸੀ, ਜਿੱਥੇ ਜ਼ਿਆਦਾ ਅਬੈਂਕਮੈਂਟ ਹੈਗੀ ਆ, ਠੀਕ ਆ, ਫੀਲਿੰਗ ਚ ਬਣੀ ਹੈ ਕੈਨਾਲ, ਉੱਥੇ ਜ਼ਿਆਦਾ ਚਾਂਸਿਸ ਆ। ਬਾਕੀ ਇਹ ਚੀਜ਼ ਆ ਕਿ ਇਹਦੀ ਰਿਪੇਅਰ ਹੋਣੀ ਬਹੁਤ ਜ਼ਰੂਰੀ ਆ, ਜਿੱਦਾਂ ਕਿ ਖਾਸ ਕਰਕੇ ਵਾਟਰ ਲੌਕਡ ਏਰੀਆ ਹੋ ਗਏ, ਠੀਕ ਆ, ਉੱਥੇ ਜੇਕਰ ਅਸੀਂ ਲਾਈਨਿੰਗ ਪ੍ਰੋਵਾਈਡ ਕੀਤੀ ਆ, ਕਿਤੇ ਲਾਈਨਿੰਗ ਖਰਾਬ ਹੋ ਗਈ ਆ, ਵਾਟਰ ਲੌਕਡ ਏਰੀਆ, ਸੀਪੇਜ ਫੇਰ ਦੁਬਾਰਾ ਹੋ ਲੱਪੂਗੀ ਤੇ ਵਾਟਰ ਲੌਗਿੰਗ ਕਰਕੇ ਪ੍ਰੋਬਲਮ ਹੋਰ ਕ੍ਰੀਏਟ ਹੋ ਗਿਆ, ਠੀਕ ਆ। ਕੈਨਾਲ ਜਿਹੜੀ ਹੈਗੀ ਆ ਆਪਾਂ ਇਸ ਕਰਕੇ ਪੂਰੀ ਮੇਨਟੇਨੈਂਸ ਕਰਨੀ ਹੈ ਕਿ ਐਫੀਸ਼ੈਂਟਲੀ ਆਪਣੀ ਜਿਹੜੀ ਆ ਉਹ ਕਪੈਸਿਟੀ, ਫੁੱਲ ਕਪੈਸਿਟੀ ਨਾਲ ਕੰਮ ਕਰੇ। ਸਿਲ ਡਿਪੋਜ਼ਿਟ ਵਿੱਚ ਹੋ ਜਾਂਦੇ ਆ, ਕੋਈ ਵੀਡਸ ਹੈਗੇ ਆ, ਠੀਕ ਆ, ਕਈ ਕੁਛ ਆਪਣੇ ਇੱਧਰ ਦੀ ਚੀਜ਼ਾਂ ਹੈਗੀਆਂ, ਪਲਾਂਟ ਗਰੋ ਹੋ ਜਾਂਦੇ ਆ, ਉਹ ਸਾਰਾ ਕੁਛ ਜਿਹੜਾ ਹੈਗਾ ਉਹਦੀ ਕਪੈਸਿਟੀ ਨੂੰ ਵੀ ਰਿਡਿਊਸ ਕਰਦਾ, ਠੀਕ ਆ। ਇਹ ਟਾਈਮਲੀ ਇਹਦੀ ਮੇਨਟੇਨੈਂਸ ਕਰਨੀ ਬਹੁਤ ਜ਼ਰੂਰੀ ਆ, ਜਿੱਦਾਂ ਆਪਾਂ ਬਿਲਡਿੰਗ ਨੂੰ ਕਰਦੇ ਆ, ਪੇਂਟ ਕਰਦੇ ਆ, ਠੀਕ ਆ, ਪਲਸਟਰ ਕਰਦੇ ਆ, ਕਈ ਦੀ ਬ੍ਰਿਕ ਵਗੈਰਾ ਵੀ ਆਪਾਂ ਕਰਦੇ ਆ ਰਿਮੂਵ, ਕਈ ਕੁਛ ਆ, ਠੀਕ ਆ, ਉਹ ਚੀਜ਼ਾਂ ਹੀ ਇਹਦੇ ਵਿੱਚ ਵੀ ਆ ਕਿ ਇਹਦੇ ਵਿੱਚ ਵੀ ਆਪਾਂ ਨੂੰ ਟਾਈਮਲੀ ਮੇਨਟੇਨੈਂਸ ਜਿਹੜੀ ਆ ਉਹ ਕਰਨੀ ਪੈਂਦੀ ਹੈ। ਜੇ ਅਸੀਂ ਮੇਨਟੇਨੈਂਸ ਨਹੀਂ ਕਰਦੇ ਤੇ ਮੇਜਰ ਲੋਸਿਸ ਹੋ ਸਕਦੇ ਆ ਕਈ ਤਰ੍ਹਾਂ ਦੇ, ਠੀਕ ਆ, ਖਾਸ ਕਰਕੇ ਜਿਹੜੇ ਫਲੱਡ ਵਗੈਰਾ ਦੀ ਗੱਲ ਕਰ ਰਿਹਾ ਸੀ ਮੈਂ, ਠੀਕ ਆ। ਉਸ ਤੋਂ ਆਪਾਂ ਜਦੋਂ ਗੱਲ ਕਰਦੇ ਆ ਇਹਦੇ ਵਿੱਚ ਆਪਾਂ ਚਾਰ ਪੁਆਇੰਟ ਸੀਗੇ ਜਿਹੜੇ ਆਪਾਂ ਡਿਸਕਸ ਕਰਦੇ ਆ। ਸਭ ਤੋਂ ਕੰਟਰੋਲਿੰਗ ਆਫ ਗਰੋਥ ਆਫ ਵੇਟਸ, ਠੀਕ ਆ, ਰਿਮੂਵਿੰਗ ਸਿਲਟ ਡਿਪੋਜ਼ਿਟ ਫਰੋਮ ਦੀ ਕੈਨਾਲ, ਸਟਰੈਂਥਿੰਗ ਦੀ ਕੈਨਾਲ ਬੈਂਕਸ, ਇੱਥੇ ਸਪੈਲਿੰਗ ਗਲਤ ਆ, ਬੈਂਕਸ ਆਣਾ, ਠੀਕ ਆ, ਬੁੱਕ ਦੇ ਵਿੱਚੋਂ ਕੀਤਾ ਇਹ, ਬਾਏ ਸਿਲਟਿੰਗ ਟੈਂਕ, ਕਲੋਜ਼ਿੰਗ ਦੀ ਕੈਨਾਲ ਬ੍ਰਿਜਿਸ। ਹੁਣ ਇਹਦੇ ਵਿੱਚ ਵਨ ਬਾਏ ਵਨ ਆਪਾਂ ਡਿਸਕਸ ਕਰਾਂਗੇ। ਲਾਸਟ ਟਾਈਮ ਸਿਰਫ ਅਸੀਂ ਕੁਛ ਟੌਪਿਕ ਇਹਦੇ ਬਾਰੇ ਡਿਸਕਸ ਕਰ ਰਹੇ ਸੀ, ਲਾਸਟ ਟਾਈਮ ਜੋ ਸੀਗਾ ਉਹ ਸੀ ਆਪਣਾ ਕੰਟਰੋਲਿੰਗ ਆਫ ਗਰੋਥ ਆਫ ਵੀਡਸ, ਠੀਕ ਆ। ਲਾਸਟ ਟਾਈਮ ਅਸੀਂ ਡਿਸਕਸ ਕੀਤਾ ਸੀ ਉਹਦੇ ਵਿੱਚ ਕੀ ਸੀਗਾ ਕਿ ਵੀਡਸ ਜਿਹੜੇ ਆ ਕਿ ਵਾਟਰ ਲਿਵਿੰਗ ਪਲਾਂਟਸ ਆ, ਜਿਹੜੇ ਕਿ ਜਦੋਂ ਪਾਣੀ ਦਾ ਫਲੋ ਸਲੋ ਹੋਏਗਾ ਉਦੋਂ ਉਹ ਗਰੋ ਹੁੰਦੇ ਆ ਜ਼ਿਆਦਾਤਰ, ਠੀਕ ਆ। ਉਹਨਾਂ ਦਾ ਕੀ ਆ ਕਿ ਨੁਕਸਾਨ ਕੀ ਆ ਕਿ ਵਾਟਰ ਲਿਵਿੰਗ ਪਲਾਂਟਸ ਇੰਨੇ ਜ਼ਿਆਦਾ ਹੋ ਜਾਂਦੇ ਆ ਕਿ ਉਹ ਕਪੈਸਿਟੀ ਜਿਹੜੀ ਕੈਨਾਲ ਦੀ ਉਹਨੂੰ ਘਟਾ ਦਿੰਦੇ ਆ, ਠੀਕ ਆ। ਤੇ ਹੁਣ ਕੀ ਆ ਕਿ ਉਹਨੂੰ ਜਿਹੜੇ ਵਾਟਰ ਲਿਵਿੰਗ ਪਲਾਂਟਸ ਹੈਗੇ ਆ ਉਹਨੂੰ ਕੰਟਰੋਲ ਕਿੱਦਾਂ ਕੀਤਾ ਜਾ ਸਕਦਾ, ਕੀ ਤਰੀਕਾ ਹੈਗਾ, ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਵੀ ਹੈ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀ ਸਪੀਡ ਹੈਗੀ ਆ। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਮੈਂਸ਼ਨ ਕੀਤਾ ਇਹਦੇ ਵਿੱਚ ਆ ਸਪੀਡ ਆ ਜਿਹੜੀ 60 cm/s ਜੇਕਰ ਹੋਏਗੀ, ਠੀਕ ਆ, ਮੀਨ ਲੈਸ ਦੈਨ, ਠੀਕ ਆ, ਦੈਨ ਮੈਕਸੀਮਮ ਗਰੋਥ ਜਿਹੜੀ ਹੁੰਦੀ ਆ ਜਿਹੜੀ ਵੀਡਸ ਦੀ ਹੁੰਦੀ ਆ, ਠੀਕ ਆ। ਦੈਨ ਉਸ ਤੋਂ ਬਾਅਦ ਟੈਂਪਰੇਚਰ ਆਫ ਵਾਟਰ, ਟੈਂਪਰੇਚਰ ਕਿੰਨਾ ਹੈਗਾ, 25 degrees to 30 degrees ਆ, ਠੀਕ ਆ, ਉਹ ਚੀਜ਼ ਹੋਏਗੀ। ਤੇ ਉਹਦੇ ਵਿੱਚ ਵੀ ਜਿਹੜੀ ਆ ਗਰੋਥ ਜਿਹੜੀ ਆ ਉਹ ਜ਼ਿਆਦਾ ਹੋਏਗੀ, ਠੀਕ ਆ। ਤੇ ਉਸ ਤੋਂ ਬਾਅਦ ਆ ਨੰਬਰਿੰਗ ਬੇਟਾ ਇਹਦੇ ਵਿੱਚ ਥੋੜੀ ਬੁੱਕਸ ਦੇ ਵਿੱਚ ਗਲਤ ਆ ਸਟੂਡੈਂਟਸ, ਇਹ ਥੋੜਾ ਦੇਖ ਲਿਓ, ਠੀਕ ਆ, ਇਹ ਥੋੜਾ ਜਿਹਾ ਗਲਤ ਇੰਨਾ ਲਿਖੀ ਹੋਈ ਆ। ਇਹ ਫਸਟ ਪੁਆਇੰਟ ਆ, ਦੈਨ ਦਾ ਸੈਕਿੰਡ ਪੁਆਇੰਟ ਆ ਜੋ ਇਹਦਾ ਲਿਖਿਆ। ਥਰਡ ਪੁਆਇੰਟ ਜਿਹੜਾ ਹੈਗਾ ਉਹਦੇ ਵਿੱਚ ਕੀ ਆ, ਡੈਪਥ ਆਫ ਵਾਟਰ ਕਿੰਨਾ ਹੈਗਾ, ਵਾਟਰ ਦੀ ਡੈਪਥ ਕਿੰਨੀ ਆ,
ਡਿਪੋਜ਼ਿਸ਼ਨ ਆਫ ਸਿਲਟ ਕਿੰਨੀ ਆ, ਸਿਲਟ ਕਿੰਨੀ ਉਹਦੇ ਵਿੱਚ ਡਿਪੋਜ਼ਿਟ ਹੋਈ ਪਈ ਆ, ਠੀਕ ਆ। ਉਸ ਤੋਂ ਬਾਅਦ ਦੈਨ ਕੈਮੀਕਲ ਕੰਪੋਜੀਸ਼ਨ ਆਫ ਵਾਟਰ ਕਿੱਦਾਂ ਰਹੀ ਆ, ਠੀਕ ਆ। ਬਾਕੀ ਉਹਦੀ ਪੀਐਚ ਵੈਲਿਊ ਵਗੈਰਾ ਕਈ ਚੀਜ਼ਾਂ ਉਹ ਡਿਪੈਂਡ ਕਰੂੰਗੀਆਂ, ਠੀਕ ਆ। ਦੈਨ ਉਸ ਤੋਂ ਬਾਅਦ ਇਨਕਰੀਜ਼ਿੰਗ ਦੀ ਵੈਲੋਸਿਟੀ ਆਫ ਇਹਦੇ ਵਿੱਚ ਆਪਾਂ ਕਰ ਸਕਦੇ, ਜਿਹੜੀ ਅਸੀਂ ਕੰਟਰੋਲ ਕਰਨੀ ਹੈ, ਠੀਕ ਆ। ਇਹਦਾ ਚੀਜ਼ਾਂ ਹੈਗੀਆਂ, ਅਸੀਂ ਕੀ ਕਰ ਸਕਦੇ ਹੁਣ, ਇਨਕਰੀਜ਼ਿੰਗ ਦੀ ਵੈਲੋਸਿਟੀ ਆਫ ਫਲੋ। ਜੇ ਅਸੀਂ ਫਲੋ ਇਨਕਰੀਜ਼ ਕਰ ਦੇਵਾਂਗੇ, ਠੀਕ ਆ, ਜਿੱਦਾਂ ਹੁਣ ਇੱਥੇ ਲਿਖਿਆ 60 cm/s ਹੈ, ਠੀਕ ਆ। ਜੇ ਅਸੀਂ ਇਹਦਾ ਫਲੋ ਹੀ ਇਨਕਰੀਜ਼ ਕਰ ਦਈਏ, ਠੀਕ ਆ, ਦੈਨ ਉਸ ਤੋਂ ਬਾਅਦ ਕੀ ਆ ਕਿ ਉਹ ਜਿਹੜੀ ਹੈਗੀ ਆ 60 ਤੋਂ ਉੱਪਰ ਹੋ ਜਾਏਗੀ, ਗਰੋਥ ਆਫ ਵੀਡਸ ਜਿਹੜੀ ਆ ਉਹ ਘੱਟ ਜਾਏਗੀ, ਠੀਕ ਆ। ਜਿਹੜੀ ਆ ਜੇ ਪਾਣੀ ਦੀ ਸਪੀਡ ਜ਼ਿਆਦਾ ਹੋ ਜਾਏਗੀ ਤੇ ਉਹਨਾਂ ਨੂੰ ਜਿਹੜੇ ਪਲਾਂਟਸ ਹੈਗੇ ਆ, ਵਾਟਰ ਲਿਵਿੰਗ ਪਲਾਂਟਸ ਹੈਗੇ ਆ, ਉਹਨਾਂ ਨੂੰ ਗਰੋ ਕਰਨ ਲਈ ਟਾਈਮ ਨਹੀਂ ਮਿਲੇਗਾ, ਉਹ ਪਰਫੈਕਟ ਜਿਹੜਾ ਹੈਗਾ, ਠੀਕ ਆ। ਦੈਨ ਉਸ ਤੋਂ ਬਾਅਦ ਕੀ ਆ ਕਿ ਇੱਕ ਚੀਜ਼ ਹੋਰ ਆ ਕਿ ਟੈਂਪਰੇਚਰ ਜਿਹੜਾ ਹੈਗਾ 25 ਤੋਂ 30 ਡਿਗਰੀ ਦੇ ਵਿੱਚ ਹੀ ਜ਼ਿਆਦਾਤਰ ਇਹ ਚੀਜ਼ ਹੁੰਦੀ ਆ, ਠੀਕ ਆ। ਉਦੋਂ ਤੁਹਾਨੂੰ ਚੀਜ਼ਾਂ ਕੁਛ ਕੁ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਆ, ਉਦੋਂ ਫਲੋ ਜਿਹੜਾ ਹੈਗਾ ਥੋੜਾ ਜ਼ਿਆਦਾ ਹੋਣਾ ਚਾਹੀਦਾ, ਜਦੋਂ ਟੈਂਪਰੇਚਰ ਸਾਡਾ 25 ਤੋਂ 30 ਦੇ ਵਿੱਚ ਆ ਰਿਹਾ। ਜਦੋਂ ਟੈਂਪਰੇਚਰ ਘੱਟ ਆ ਜਾਂ ਟੈਂਪਰੇਚਰ ਜ਼ਿਆਦਾ ਹੈਗਾ, ਉਦੋਂ ਥੋੜਾ ਬਹੁਤਾ ਇਹ ਚੀਜ਼ਾਂ ਵੱਲ ਆਪਾਂ ਨਹੀਂ ਵੀ ਧਿਆਨ ਦੇਵਾਂਗੇ ਤੇ ਗਰੋਥ ਜਿਹੜੀ ਆ ਘੱਟ ਹੋਏਗੀ, ਠੀਕ ਆ। ਇਹ ਚੀਜ਼ ਹੋ ਜਾਂਦੀ ਆ। ਦੂਜੀ ਕੀ ਆ ਚੀਜ਼ ਜਿਹੜੀ ਆਪਾਂ ਕਰ ਰਹੇ ਆ, ਲਾਸਟ ਟਾਈਮ ਅਸੀਂ ਕੀਤਾ ਸੀ, ਇਹਦੇ ਵਿੱਚ ਕੀ ਆ, ਅਡੋਪਟਿੰਗ ਰਸ਼ ਐਂਡ ਰੋਟੇਸ਼ਨ ਮੈਥਡ, ਠੀਕ ਆ। ਰਸ਼ ਐਂਡ ਰੋਟੇਸ਼ਨ ਮੈਥਡ ਵਿੱਚ ਕੀ ਆ ਕਿ ਆਪਾਂ ਕੈਨਾਲ ਨੂੰ ਫੁੱਲ ਰਨ ਕਰਦੇ ਆ ਸਪਲਾਈ, ਠੀਕ ਆ। ਇਨ ਦਿਸ ਕੇਸ ਕੈਨਾਲ ਰਨ ਵਿਦ ਫੁੱਲ ਡਿਸਚਾਰਜ ਫੋਰ ਸਮ ਪੀਰੀਅਡ ਐਂਡ ਦੈਨ ਦੀ ਸਪਲਾਈ ਇਜ ਕਲੋਜ਼ਡ। ਕਿ ਆਪਾਂ ਸਪਲਾਈ ਨੂੰ ਬੰਦ ਕਰ ਦਿੰਦੇ ਆ, ਠੀਕ ਆ, ਰੈਗੂਲੇਟਰ ਤੋਂ। ਦੈਨ ਉਸ ਤੋਂ ਬਾਅਦ ਕੀ ਹੈ ਕਿ ਵੀਡਸ ਜਿਹੜੇ ਹੈਗੇ ਆ, ਸਨ ਰੇਸ ਜਦੋਂ ਪਾਉਂਗੇ ਆ ਉਹਦੇ ਨਾਲ ਉਹ ਮਰ ਜੂਗੇ, ਠੀਕ ਆ। ਦੀ ਵੀਡਸ ਇਫ ਐਨੀ ਔਨ ਦੀ ਬੈਡ ਐਂਡ ਸਾਈਡਸ ਆਫ ਦੀ ਕੈਨਾਲ ਵਿਲ ਬਰਨ ਡਿਊ ਟੂ ਦੇਅਰ ਹੀਟ ਆਫ ਦੀ ਸਨ, ਠੀਕ ਆ। ਹੀਟ ਦੇ ਨਾਲ ਮਰ ਜੂਗੇ, ਉਹਨੂੰ ਪਾਣੀ ਨਹੀਂ ਮਿਲੇਗਾ ਤੇ ਹੀਟ ਪਏਗੀ ਤੇ ਹੋ ਜਾਏਗਾ। ਬਾਕੀ ਕੀ ਆ ਕਿ ਮੈਨੁਅਲੀ ਆਪਾਂ ਰਿਮੂਵ ਕਰ ਸਕਦੇ, ਦੇਖਿਆ ਹੋਏਗਾ ਕਿ ਡੀਏਵੀ ਡਿਸਟ੍ਰੀਬਿਊਟਰੀ ਵੀ ਆ ਜਾਂ ਹੋਰ ਡਿਸਟ੍ਰੀਬਿਊਟਰੀ ਹੁੰਦੀ ਆ, ਕਦੇ ਧਿਆਨ ਦਿੱਤਾ ਹੋਏਗਾ। ਤੇ ਜੇਸੀਬੀ ਮਸ਼ੀਨ ਵਗੈਰਾ ਲਗਾਈਆਂ ਹੁੰਦੀਆਂ ਜਿਹੜੀ ਮਕੈਨੀਕਲੀ ਉਹਦੇ ਵਿੱਚ ਜੋ ਸਿਲਟ ਆ ਤੇ ਵੀਡਸ ਆ ਉਹਨੂੰ ਰਿਮੂਵ ਕਰਦੀ ਆ। ਬਟ ਇਹ ਮੇਜਰ ਚੀਜ਼ਾਂ ਵਿੱਚ ਆ ਜਾਂਦਾ, ਮੇਜਰਲੀ ਕਰਨਾ ਪੈਂਦਾ ਜਦੋਂ ਜ਼ਿਆਦਾ ਹੀ ਸਿਲਟ ਡਿਪੋਜ਼ਿਟ ਵੀ ਹੋ ਗਿਆ ਹੋਇਆ ਤੇ ਜਦੋਂ ਜ਼ਿਆਦਾ ਹੀ ਪਲਾਂਟਸ ਹੋ ਗਿਆ ਉਦੋਂ ਕਰਨਾ ਪੈਂਦਾ, ਠੀਕ ਆ। ਬਾਕੀ ਨਹੀਂ ਤਾਂ ਇਹੀ ਜਿਹੜੇ ਮੈਥਡ ਹੈਗੇ ਆ ਉਹ ਅਡੋਪਟ ਕੀਤੇ ਜਾ ਸਕਦੇ ਆ। ਇਹਨਾਂ ਵਿੱਚ ਇਹ ਹੈ ਕਿ ਇੱਕ ਸਲੋਪ ਜਿਹੜੀ ਆ ਪ੍ਰੋਪਰ ਜਿਸ ਪ੍ਰੋਵਾਈਡ ਕੀਤੀ ਹੋਈ ਆ, ਦੈਨ ਆਪਾਂ ਨੂੰ ਜਿਹੜੀ ਆ ਵਿਲੋਸਟੀ ਮਿਲ ਸਕਦੀ ਆ, ਠੀਕ ਆ। ਇਹ ਵੀ ਨਹੀਂ ਹੋ ਸਕਦਾ ਕਿ ਆਪਾਂ ਸਲੋਪ ਬਹੁਤ ਜ਼ਿਆਦਾ ਕਰ ਦਈਏ ਤੇ ਵਿਲੋਸਟੀ ਬਹੁਤ ਜ਼ਿਆਦਾ ਹੋ ਜਾਏ, ਠੀਕ ਆ। ਜਿਹਦੇ ਇਰੋਜ਼ਨ ਹੋ ਜਾਏ ਉਹੀ ਬਲੋਕ, ਤੁਹਾਨੂੰ ਪਤਾ ਹੀ ਸਲੋਪ ਜਿਹੜੀ 1:4000 to 1:5000 ਤੱਕ ਆਪਾਂ ਕੀਤੀ ਹੋਈ ਆ, ਠੀਕ ਆ, ਅਪਰੋਕਸੀਮੇਟ ਜੋ ਅਸੀਂ ਕੀਤਾ ਸੀਗਾ। ਉਸ ਤੋਂ ਬਾਅਦ ਦੈਨ ਉਸ ਤੋਂ ਬਾਅਦ ਸਟੂਡੈਂਟ ਰਿਮੂਵਿੰਗ ਸਿਲਟ ਡਿਪੋਜ਼ਿਟ ਫਰੋਮ ਦੀ ਕੈਨਾਲ, ਠੀਕ ਆ। ਇਹਦੇ ਵਿੱਚ ਕੀ ਆ ਕਿ ਜਿਹੜੇ ਸਿਲਟ ਡਿਪੋਜ਼ਿਟ ਹੋਏ ਪਏ ਆ, ਠੀਕ ਆ, ਉਹਨਾਂ ਨੂੰ ਕੈਨਾਲ ਦੇ ਵਿੱਚੋਂ ਰਿਮੂਵ ਕਰਨਾ, ਪਲਾਂਟ ਵੀ ਰਿਮੂਵ ਕਰਨੇ ਆ ਤੇ ਸਿਲਟ ਡਿਪੋਜ਼ਿਟ ਜਿਹੜੀ ਹੈਗੀ ਆ ਉਹਨਾਂ ਦੀ ਰਿਮੂਵ ਕਰਨਾ, ਉਹ ਆਪਾਂ ਮਕੈਨੀਕਲੀ ਹੀ ਕਰ ਸਕਦੇ, ਦਮ ਮਸ਼ੀਨ ਦੇ ਨਾਲ ਜਾਂ ਲੇਬਰ ਲਗਾ ਕੇ ਆਪਾਂ ਕਰ ਸਕਦੇ ਆ, ਠੀਕ ਆ। ਇਹਨੂੰ ਕਿਉਂਕਿ ਹੁਣ ਜਿੰਨਾ ਮਰਜ਼ੀ ਅਸੀਂ ਕਰ ਲਈਏ, ਅਸੀਂ ਕਹਿੰਦੇ ਆ ਕਿ ਮੇਨ ਕੈਨਾਲ ਆ, ਠੀਕ ਆ, ਉੱਥੇ ਅਸੀਂ ਕੰਟਰੋਲ ਵੇ ਦੇ ਨਾਲ ਅਸੀਂ ਕਰਦੇ ਕਿ ਸਿਲਟ ਜਿਹੜੀ ਆ ਉਹ ਨਾ ਆਵੇ, ਠੀਕ ਆ। ਅੰਡਰ ਸਲਿਊਜ਼ ਅਸੀਂ ਕੰਸਟਰਕਟ ਕਰਦੇ ਆ, ਤੁਹਾਨੂੰ ਦੱਸਿਆ ਸੀ, ਪਰ ਅੰਡਰ ਸਲਿਊਜ਼ ਕਰਨ ਦੇ ਬਾਵਜੂਦ ਵੀ ਫਿਰ ਵੀ ਸਿਲਟ ਜਿਹੜੀ ਆ ਥੋੜੀ ਥੋੜੀ ਆਉਂਦੀ ਰਹਿੰਦੀ ਆ, ਠੀਕ ਆ, ਕਾਫੀ ਹੱਦ ਤੱਕ ਆਉਂਦੀ ਆ ਇਹਦੇ ਵਿੱਚ। ਖਾਸ ਕਰਕੇ ਅਨਲਾਈਨਡ ਕੈਨਾਲ ਦੇ ਵਿੱਚ ਤਾਂ ਇਹ ਪ੍ਰੋਬਲਮ ਬਹੁਤ ਹੈਗੀ ਆ, ਦੂਜੇ ਵਿੱਚ ਤਾਂ ਆਉਣੀ ਆਉਣੀ ਆ, ਠੀਕ ਆ, ਉਹਦੇ ਵਿੱਚ ਤਾਂ ਕੰਟੀਨਿਊਸਲੀ ਚੱਲਦੀ ਆ ਸਿਲਟ। ਦੈਨ ਉਸ ਤੋਂ ਬਾਅਦ ਜਿਹੜਾ ਸੈਕਿੰਡ ਚੀਜ਼ ਆ, ਇਹ ਆਪਣੀ ਹੋ ਗਈ ਆ ਜਿਹੜੀ ਫਸਟ ਪੁਆਇੰਟ ਆਪਣਾ ਟੌਪਿਕ ਜਿਹੜਾ ਸੀ, ਠੀਕ ਆ, ਜਿਹੜਾ ਫਸਟ ਸੀਗਾ ਕੰਟਰੋਲਿੰਗ ਦੀ ਗਰੋਥ ਆਫ ਵੀਡਸ, ਠੀਕ ਆ, ਉਹ ਆਪਣੀ ਹੋ ਗਈ ਰਿਮੂਵਿੰਗ ਦੀ ਸਿਲਟ ਡਿਪੋਜ਼ਿਟ, ਠੀਕ ਆ, ਇਹ ਆਪਣੀ ਆ ਜਿਹੜੀ ਆ ਗਈ ਆ, ਠੀਕ ਆ। ਉਸ ਤੋਂ ਬਾਅਦ ਅੱਗੇ ਕੀ ਆ ਜਿਹੜੀ ਚੀਜ਼ ਹੈਗੀ ਆ, ਸਟਰੈਂਥ ਦੀ ਕੈਨਾਲ ਬੈਂਕ ਬਾਏ ਸਿਲਟਿੰਗ ਟੈਂਕ, ਠੀਕ ਆ। ਸਿਲਟ ਡਿਪੋਜ਼ਿਟ ਵੀ ਚਲੋ ਛੋਟਾ ਟੌਪਿਕ ਹੈ, ਜ਼ਿਆਦਾ ਨਹੀਂ ਉਹਦੇ ਵਿੱਚ ਹੈਗਾ, ਠੀਕ ਆ। ਇਹਦੇ ਵਿੱਚ ਜੇ ਪੜ੍ਹਨਾ ਪੜ ਸਕਦੇ ਆ, ਵੈਨ ਸਿਲਟ ਪਾਰਟੀਕਲ ਇਟ ਡਿਪੋਜ਼ਿਟ ਇਨ ਦੀ ਕੈਨਾਲ ਦਿਸ ਵਿਲ ਬੀ ਰਿਡਿਊਸ ਦੀ ਕਪੈਸਿਟੀ ਆਫ ਕੈਨਾਲ, ਸਿਲਟ ਇਜ਼ ਕੰਟਰੋਲਡ ਬਾਈ ਹੈਡ ਆਫ ਦੀ ਕੈਨਾਲ ਅਦਰ ਪੁਆਇੰਟਸ ਆਫ ਕੈਨਾਲ। ਹੈਡ ਦੇ ਉੱਤੇ ਤੁਹਾਨੂੰ ਦੱਸਿਆ ਸੀ ਕਿੱਦਾਂ ਕਰਦੇ ਹੈਗੇ ਆ, ਇਟ ਇਜ਼ ਵੈਰੀ ਡਿਫੀਕਲਟ ਟੂ ਕੰਟਰੋਲ ਦੀ ਐਂਟਰੀ ਆਫ ਦੀ ਸਿਲਟ ਪਾਰਟੀਕਲਸ। ਸਟੂਡੈਂਟ ਤੁਹਾਨੂੰ ਪਤਾ ਸਿਲਟ ਪਾਰਟੀਕਲ ਜਿਹੜਾ ਅਸੀਂ ਕੰਟਰੋਲ ਕਰਦੇ ਹੈਗੇ ਆ ਹੈਡ ਆਫ ਦੀ ਕੈਨਾਲ, ਉਹ ਪਤਾ ਕਿ ਨਹੀਂ ਜਿੱਦਾਂ ਅਸੀਂ ਕਰਦੇ ਆ ਮੇਨ ਕੈਨਾਲ ਤੇ? ਜੇ ਕੋਈ ਕਿਸੇ ਨੂੰ ਡਾਊਟ ਹੈਗਾ ਤੇ ਤੁਸੀਂ ਪੁੱਛ ਸਕਦੇ ਹੋ।
ਸਟੂਡੈਂਟਸ ਹਾਂਜੀ ਸਰ ਯਾਦ ਆ ਨਾ ਮੈਂ ਤੁਹਾਨੂੰ ਦੱਸਿਆ ਸੀਗਾ ਜੋ ਚੀਜ਼ ਆ ਜੇ ਕੋਈ ਕੁਐਰੀ ਹੈਗੀ ਤੁਸੀਂ ਪੁੱਛ ਸਕਦੇ ਹੋ ਠੀਕ ਆ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜੀ ਮੇਨ ਕੈਨਾਲ ਆਪਾਂ ਉੱਥੇ ਰੈਗੂਲੇਟਰਸ ਲਾਏ ਹੁੰਦੇ ਆ ਜਿੱਥੇ ਵੇਅਰ ਹੁੰਦਾ ਵੇਅਰ ਦੇ ਵਿੱਚ ਜਿੱਥੇ ਰੈਗੂਲੇਟਰਸ ਹੁੰਦੇ ਉੱਥੇ ਆਪਾਂ ਅੰਡਰ ਸਲੀਵਸ ਦਿੰਦੇ ਆ ਜਿਹਦੇ ਥਰੂ ਜਿਹੜੀ ਹੈਗੀ ਸਿਲਟ ਅਪਸਟ੍ਰੀਮ ਸਾਈਡ ਟੂ ਡਾਊਨਸਟ੍ਰੀਮ ਸਾਈਡ ਚੱਲ ਜਾਂਦੀ ਆ ਦੈਨ ਉਸ ਤੋਂ ਆਪਾਂ ਰੈਗੂਲੇਟਰਸ ਖੋਲਦੇ ਆ ਠੀਕ ਆ ਜੇ ਕੋਈ ਡਾਊਟ ਹੋਇਆ ਤੇ ਤੁਸੀਂ ਪੁੱਛ ਲਓ ਠੀਕ ਆ ਜੇ ਕਲੀਅਰ ਆ ਓਕੇ ਆ ਓਕੇ ਜੇ ਹੋਇਆ ਤਾਂ ਮੈਨੂੰ ਪੁੱਛ ਲਿਓ ਦੈਨ ਉਸ ਤੋਂ ਸਟਰੈਂਥਿੰਗ ਦੀ ਕੈਨਾਲ ਬੈਂਕਸ ਬਾਏ ਸਿਲਟਿੰਗ ਟੈਂਕ ਸਿਲਟਿੰਗ ਟੈਂਕ ਦੀ ਗੱਲ ਕੀਤੀ ਆ ਸਿਲਟ ਜਿਹੜੀ ਆ ਨਾਲ ਨਾਲ ਜਿਹੜੀ ਆ ਰਹੀ ਆ ਉਹਦੇ ਕੈਨਾਲ ਦੇ ਨਾਲ ਉਹਦੀ ਹੀ ਗੱਲ ਕਰ ਰਹੇ ਆ ਠੀਕ ਆ ਇਫ ਦੀ ਸੈਕਸ਼ਨ ਆਫ ਦੀ ਕੈਨਾਲ ਇਜ਼ ਫਿਲਿੰਗ ਦੈਨ ਬੈਂਕਸ ਆਫ ਦੀ ਕੈਨਾਲ ਬਿਕਮਸ ਵੀਕ ਠੀਕ ਆ ਫੁੱਲ ਫਿਲਿੰਗ ਦੇ ਵਿੱਚ ਆ ਜੇਕਰ ਹਨਾ ਕੈਨਾਲ ਜਿਹੜੀ ਹੈਗੀ ਆ ਤੇ ਜਿਹੜੇ ਬੈਂਕਸ ਹੈਗੇ ਆ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਪਏਗਾ ਠੀਕ ਆ ਤੁਹਾਨੂੰ ਪਤਾ ਜਿਹੜਾ ਹੈਗਾ ਹੁਣ ਆਪਾਂ ਇੱਥੇ ਗੱਲ ਕਰਦੇ ਆ ਇੱਕ ਮਿੰਟ ਮੈਂ ਸਾਈਡ ਦੇ ਉੱਤੇ ਥੋੜ੍ਹਾ ਜਿਹਾ ਤੁਹਾਨੂੰ ਸੈਕਸ਼ਨ ਬਣਾ ਦਿਖਾਉਂਦਾ ਆਪਾਂ ਤੁਹਾਨੂੰ ਪਤਾ ਕਿ ਜਿਹੜਾ ਕੈਨਾਲ ਦਾ ਥੋੜ੍ਹਾ ਸੈਕਸ਼ਨ ਹੁੰਦਾ ਹੁਣ ਥੋੜ੍ਹਾ ਜਿਹਾ ਤੁਹਾਨੂੰ ਡਰਾ ਕਰਕੇ ਇਹਦਾ ਦੱਸ ਦਿੰਦਾ ਇਸ ਤਰੀਕੇ ਨਾਲ ਆਪਾਂ ਕੈਨਾਲ ਬਣਾਉਂਦੇ ਆ ਠੀਕ ਆ ਜ਼ਿਆਦਾਤਰ ਕੀ ਹੁੰਦਾ ਫੀਲਿੰਗ ਇੱਥੇ ਤੱਕ ਹੀ ਹੁੰਦੀ ਆ ਠੀਕ ਆ ਤੇ ਇੱਧਰਲੀ ਸਾਈਡ ਦੇ ਉੱਤੇ ਅਸੀਂ ਬੈਂਕ ਬਣਾਏ ਹੁੰਦੇ ਆ ਸਪੋਇਲ ਬੈਂਕ ਠੀਕ ਆ ਜਾਂ ਰੋਡ ਵਾਲੀ ਸਾਈਡ ਦੇ ਉੱਤੇ ਡੋਵਲਸ ਹੋਣਗੇ ਠੀਕ ਆ ਇੱਕ ਸਾਈਡ ਦੇ ਉੱਤੇ ਸਪੋਜ਼ ਇੱਧਰਲੀ ਸਾਈਡ ਤੇ ਡੋਵਲਸ ਆ ਠੀਕ ਆ ਡੋਵਲਸ ਆ ਠੀਕ ਆ ਦੈਨ ਹੁੰਦਾ ਕੀ ਆ ਕਿ ਇਹ ਜਿਹੜੀ ਹੈਗੀ ਆ ਫੁੱਲ ਸਪਲਾਈ ਜਦੋਂ ਕੈਨਾਲ ਦੇ ਵਿੱਚ ਆਉਂਦੀ ਹੈ ਤੇ ਫੁੱਲ ਸਪਲਾਈ ਇੱਥੇ ਤੱਕ ਆ ਜਾਂਦੀ ਆ ਤਕਰੀਬਨ ਉਹਦੇ ਨਾਲ ਕੀ ਆ ਕਿ ਜਿਹੜੇ ਬੈਂਕਸ ਹੈਗੇ ਆ ਉਹ ਵੀਕ ਹੋ ਜਾਂਦੇ ਆ ਠੀਕ ਆ ਬੈਂਕ ਵੀਕ ਹੁੰਦੇ ਆ ਤੇ ਉਹਨਾਂ ਨੂੰ ਆਪਾਂ ਐਕਸਟਰਾ ਸਟਰੈਂਥਿੰਗ ਦੇਣੀ ਆ ਕਿ ਉਹ ਬੈਂਕ ਜਿਹੜੇ ਆ ਉਹਨਾਂ ਜਿਹੜੇ ਹੈਗੇ ਆ ਉਦੋਂ ਫੇਲ ਨਾ ਹੋਣ ਜੇਕਰ ਕੱਲ ਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਡਿਸਚਾਰਜ ਆਉਂਦਾ ਠੀਕ ਆ ਕਿਉਂਕਿ ਜੇ ਤਾਂ ਫਲੱਡ ਦੇ ਚਾਂਸਿਸ ਬਣ ਸਕਦੇ ਆ ਠੀਕ ਆ ਜਾਂ ਕ੍ਰੋਪ ਲੱਗੀ ਆ ਉੱਧਰ ਫਿਰ ਓਵਰ ਵਾਟਰਿੰਗ ਹੋ ਜਾਏਗੀ ਇੱਕਦਮ ਠੀਕ ਆ ਤੇ ਉਹ ਫਿਰ ਡੇਂਜਰਸ ਆ ਉਸ ਟਾਈਮ ਲਈ ਠੀਕ ਆ ਇਸ ਚੀਜ਼ ਲਈ ਅਸੀਂ ਕੀ ਕਰਦੇ ਆ ਖਾਸ ਕਰਕੇ ਮੇਨ ਕੈਨਾਲ ਦੇ ਵਿੱਚ ਤਾਂ ਇਹ ਬਹੁਤ ਪ੍ਰੋਬਲਮ ਹੈਗੀ ਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਮੈਥਡ ਅਡੋਪਟ ਕਰਦੇ ਆ ਇਨ ਐਂਡ ਆਊਟ ਮੈਥਡ ਲੌਂਗ ਰੀਚ ਮੈਥਡ ਇੰਟਰਨਲ ਫਿਲਟਿੰਗ ਮੈਥਡ ਧਿਆਨ ਨਾਲ ਸੁਣ ਲੈਣਾ ਇਹ ਮੈਥਡ ਠੀਕ ਆ ਕੇਅਰਫੁਲੀ ਕੋਈ ਚੀਜ਼ ਜੇ ਡਾਊਟ ਹੋਏਗਾ ਤੁਸੀਂ ਮੈਨੂੰ ਪੁੱਛ ਲਿਓ ਠੀਕ ਆ ਇਹਦੇ ਵਿੱਚ ਕੀ ਆ ਆਪਾਂ ਜਿਹੜੇ ਬੈਂਕ ਹੈਗੇ ਆ ਸਪਾਇਲ ਬੈਂਕ ਹੈਗੇ ਆ ਜਿਹੜੇ ਸਾਈਡ ਦੇ ਉੱਤੇ ਅਸੀਂ ਕੰਸਟਰਕਟ ਕੀਤੇ ਆ ਕੈਨਾਲ ਦੀ ਠੀਕ ਆ ਤੇ ਉਹ ਜਿਹੜੇ ਬੈਂਕਸ ਹੈਗੇ ਆ ਉਹਨਾਂ ਨੂੰ ਐਕਸਟਰਾ ਸਟਰੈਂਥਿੰਗ ਦੇ ਰਹੇ ਆ ਠੀਕ ਆ ਐਕਸਟਰਾ ਸਟਰੈਂਥਿੰਗ ਜਿਹੜੇ ਮੈਂ ਤੁਹਾਨੂੰ ਦਿਖਾਉਂਦਾ ਆਹ ਚੀਜ਼ ਆ ਆਪਣੇ ਸਪਾਇਲ ਬੈਂਕਸ ਹੈ ਨਾ ਆਹ ਜਿਹੜੇ ਬੈਂਕਸ ਆ ਇਹਨਾਂ ਨੂੰ ਆਪਾਂ ਸਟਰੈਂਥਿੰਗ ਦੇਣੀ ਆ ਠੀਕ ਆ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਸਕੈਚ ਪਹਿਲਾਂ ਮੈਂ ਤੁਹਾਨੂੰ ਬਸ ਉਹਦੀ ਦੱਸਣ ਲਈ ਕੀਤਾ ਇਹ ਇਨਲੈਟ ਇਨ ਐਂਡ ਆਊਟ ਇਨ ਐਂਡ ਆਊਟ ਮੈਥਡ ਪਹਿਲਾਂ ਆਪਾਂ ਦੇਖਦੇ ਆ ਇਨ ਦਿਸ ਕੇਸ ਅਡੀਸ਼ਨਲ ਬੈਂਕ ਆਰ ਕੰਸਟਰਕਟਡ ਪੈਰਲਲ ਟੂ ਦੀ ਕੈਨਾਲ ਬੈਂਕ ਅਡੀਸ਼ਨਲ ਬੈਂਕਸ ਆਰ ਕੰਸਟਰਕਟਡ ਪੈਰਲਲ ਟੂ ਦੀ ਕੈਨਾਲ ਬੈਂਕ ਦੀਸ ਇਸ ਦੀਸ ਆਰ ਕਨੈਕਟਡ ਟੂ ਦੀ ਕੈਨਾਲ ਬੈਂਕਸ ਬਾਏ ਕ੍ਰੋਸ ਬੈਂਕਸ ਐਟ ਦੀ ਇੰਟਰਨਲ ਐਟ ਦੀ ਇੰਟਰਵਲ ਆਫ 100 to 200 meter in between the cross banks spurs are provided in order to encourage silt deposit hun bahut dhyan de naal eh cheez suniyo theek ah apna jehdi canal hundi ah tanu pata main pehla side de utte canal itthe draw karda ek minute mainu color select karan do ਦੇਖੋ ਕੈਨਾਲ ਕੀ ਸੀਗੀ ਠੀਕ ਆ ਆਪਣਾ ਸਪੋਜ਼ ਫੁੱਲ ਸਪਲਾਈ ਲੈਵਲ ਆ ਠੀਕ ਆ ਆਪਾਂ ਹੁਣ ਕੀ ਕਰਦੇ ਆ ਆਪਣਾ ਬੈਂਕ ਆ ਗਿਆ ਠੀਕ ਆ ਇੱਕ ਆਪਣਾ ਬੈਂਕ ਆ ਗਿਆ ਦੂਸਰਾ ਆਪਣਾ ਆਹ ਬੈਂਕ ਆ ਗਿਆ ਠੀਕ ਆ ਜਾਂ ਇਹਨੂੰ ਡੋਵਲਸ ਮੰਨ ਲਓ ਜਾਂ ਆਪਣੀ ਰੋਡ ਸਾਈਡ ਇੱਕ ਲਗਾ ਲਓ ਠੀਕ ਆ ਇੱਧਰ ਰੋਡ ਸਾਈਡ ਲਗਾ ਲਓ ਠੀਕ ਆ ਕਿਆ ਰੋਡ ਸਾਈਡ ਆ ਤੇ ਆਪਣੀ ਡਰੇਨ ਆ ਗਈ ਓਕੇ ਇਹਦੇ ਵਿੱਚ ਹੁਣ ਕੀ ਕੀ ਚੀਜ਼ ਹੈਗੀ ਆ ਹੁਣ ਇਹਲੇ ਜਿਹੜੇ ਬੈਂਕ ਹੈਗੇ ਆ ਇਹ ਫੁੱਲ ਸਪਲਾਈ ਨਾਲ ਚੱਲਦੇ ਪਏ ਆ ਇਹਨਾਂ ਨੂੰ ਅਸੀਂ ਸਟਰੈਂਥਿੰਗ ਦੇਣੀ ਆ ਉਹਦੇ ਲਈ ਕੀ ਕੀਤਾ ਜਾਂਦਾ ਹੈਗਾ ਠੀਕ ਆ ਇਹਦੇ ਵਿੱਚ ਕੀ ਕਰਦੇ ਆ ਕਿ ਕੁਛ ਡਿਸਟੈਂਸ ਤੱਕ ਥੋੜੇ ਡਿਸਟੈਂਸ ਤੱਕ ਠੀਕ ਆ ਇਹਦੇ ਅਸੀਂ ਇੱਕ ਹੋਰ ਸਪੋਇਲ ਬੈਂਕ ਕੰਸਟਰਕਟ ਕਰ ਲੈਂਦੇ ਆ
ਇੱਕ ਸਪੋਇਲ ਬੈਂਕ ਹੋਰ ਕੰਸਟਰਕਟ ਕਰ ਲਿਆ। ਇੱਕ ਆਹ ਸਪੋਇਲ ਬੈਂਕ ਆ ਜਿਹੜਾ ਕਿ ਓਰੀਜਨਲ ਆ, ਇਹ ਆਪਾਂ ਬਾਅਦ ਵਿੱਚ ਇੱਕ ਹੋਰ ਸਪੋਇਲ ਬੈਂਕ ਕੰਸਟਰਕਟ ਕੀਤਾ। ਠੀਕ ਆ, ਇੰਨੀ ਚੀਜ਼ ਸਮਝ ਲੱਗ ਗਈ ਆ, ਇੱਥੇ ਤੱਕ ਸਮਝ ਲੱਗੀ ਆ ਕਿ ਆਪਾਂ ਐਡੀਸ਼ਨਲ ਸਪੋਇਲ ਬੈਂਕ ਕੰਸਟਰਕਟ ਕਰ ਰਹੇ ਆ। ਕਲੀਅਰ ਆ ਸਟੂਡੈਂਟਸ? ਸਟੂਡੈਂਟਸ ਆਸ਼ੀਸ਼ ਆਡੀਬਲ? ਓਕੇ ਕਲੀਅਰ ਹੈ? ਓਕੇ ਸਟੈਪ ਬਾਈ ਸਟੈਪ ਆ ਚੀਜ਼ ਸਮਝ ਲਈਓ। ਠੀਕ ਆ, ਕੋਈ ਵੀ ਚੀਜ਼ ਜੇ ਨਹੀਂ ਸਮਝ ਲੱਗੇਗੀ ਤੇ ਪੁੱਛ ਲਿਓ। ਇਹਦੇ ਵਿੱਚ ਹੁਣ ਤੁਸੀਂ ਦੇਖੋਗੇ, ਇਹਦੇ ਵਿੱਚ ਆਹ ਓਰੀਜਨਲ ਬੈਂਕ ਆ, ਠੀਕ ਆ, ਆਹ ਇਹਨਾਂ ਨੇ ਬ੍ਰੇਕ ਲਾਈਨ ਸ਼ੋ ਕੀਤੀ ਕੈਨਾਲ ਦੀ। ਠੀਕ ਆ, ਆਹ ਆਪਾਂ ਦੂਸਰਾ ਬੈਂਕ ਜਿਹੜਾ ਸਾਈਡ ਦੇ ਉੱਤੇ ਕੰਸਟਰਕਟ ਕੀਤਾ ਹੋਇਆ, ਠੀਕ ਆ, ਆਵਲਾ ਸਾਈਡ ਦੇ ਉੱਤੇ। ਠੀਕ ਆ, ਵਿੱਚ ਦੇਖੋ ਸਿਲਟ ਲੇਅਰ ਲਿਖਿਆ ਹੋਇਆ ਸੈਂਟਰ ਵਾਲੇ ਚ। ਠੀਕ ਆ, ਹੁਣ ਇਹਦੇ ਵਿੱਚ ਸਿਲਟ ਕਿੱਦਾਂ ਹੈ ਕੀ ਕਰਦੇ ਕੀ ਆ ਕਿ ਤੁਸੀਂ ਇਹਦੇ ਚ ਮੈਂ ਮੈਥਡ ਸਟੱਡੀ ਵੀ ਕਰ ਸਕਦੇ ਆ। ਐਨ ਇਨਲੈਟ ਇਜ ਪ੍ਰੋਵਾਈਡਡ ਔਨ ਵਨ ਸਾਈਡ ਆਫ ਦੀ ਕੈਨਾਲ ਬੈਂਕ ਇਨ ਆਰਡਰ ਟੂ ਅਲਾਓ ਦੀ ਕੈਨਾਲ ਵਾਟਰ ਟੂ ਐਂਟਰ ਟੂ ਦੀ ਇਨਕਲੋਜ਼ਰ ਔਰ ਫੋਰਮਡ ਆਊਟਲੈਟ ਇਜ ਪ੍ਰੋਵਾਈਡਡ ਟੂ ਦੀ ਡਾਊਨਸਟ੍ਰੀਮ ਸਾਈਡ। ਠੀਕ ਆ, ਇਹਦੇ ਵਿੱਚ ਕੀ ਕਰਦੇ ਹੈਗੇ ਆ, ਆਹ ਕ੍ਰੋਸ ਬੈਂਕ ਬਣਾ ਦਿੰਦੇ ਆ। ਠੀਕ ਆ, ਪਾਣੀ ਜਿਹੜਾ ਹੈਗਾ ਇਹਨਾਂ ਦੇ ਵਿੱਚ ਇਕੱਠਾ ਹੋ ਗਿਆ। ਇੱਕ ਆਪਣਾ ਸਪੋਇਲ ਬੈਂਕ ਜਿਹੜਾ ਪਹਿਲਾਂ ਦਾ ਬਣਿਆ ਹੋਇਆ, ਇੱਕ ਆਪਾਂ ਐਡੀਸ਼ਨ ਕੀਤਾ ਤੇ ਆਪਾਂ ਕ੍ਰੋਸ ਬੈਂਕ ਬਣਾਤਾ। ਠੀਕ ਆ, ਇਹਨਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਇਕੱਠਾ ਹੋ ਗਿਆ ਇਸ ਪੋਰਸ਼ਨ ਚ, ਜੇ ਤੁਸੀਂ ਦੇਖੋਗੇ ਇਸ ਤਰ੍ਹਾਂ ਕਰਕੇ ਆਏਗਾ ਆਹ ਚੀਜ਼। ਠੀਕ ਆ, ਆਹ ਕ੍ਰੋਸ ਬੈਂਕ ਆ, ਆਹ ਤੁਹਾਡੇ ਹੈਗੇ ਆ ਦੂਸਰੇ ਬੈਂਕ ਆ। ਠੀਕ ਆ, ਆਹ ਕੋਈ ਇੱਦਾਂ ਬਣਾਇਆ ਕ੍ਰੋਸ ਬੈਂਕ ਆ। ਠੀਕ ਆ, ਇਹ ਤੁਹਾਡਾ ਹੈਗਾ ਐਡੀਸ਼ਨਲ ਬੈਂਕ, ਇਹ ਆਪਣਾ ਦੂਜਾ ਬੈਂਕ ਆ। ਠੀਕ ਆ, ਇੱਦਾਂ ਹੀ ਕੀਤਾ ਹੋਇਆ। ਇਹਦੇ ਅੰਦਰ ਜਿਹੜਾ ਹੈਗਾ ਪਾਣੀ ਇਕੱਠਾ ਹੋਣਾ, ਕਿਸੇ ਇਨਲੈਟ ਮੈਥਡ ਥਰੂ ਕੀ ਕੀਤਾ ਜਾਂਦਾ, ਪਾਣੀ ਨੂੰ ਐਂਟਰ ਕਰਾਇਆ ਜਾਂਦਾ। ਠੀਕ ਆ, ਪਾਣੀ ਨੂੰ ਆਪਾਂ ਕੀ ਕਰਦੇ ਹਾਂ, ਇਸ ਐਡੀਸ਼ਨਲ ਬੈਂਕ ਦੇ ਵਿੱਚ ਇਨਲੈਟ ਥਰੂ ਅਸੀਂ ਪਾਣੀ ਐਂਟਰ ਕਰਾ ਦਿੰਦੇ ਆ। ਦੈਨ ਉਸ ਤੋਂ ਬਾਅਦ ਕੀ ਆ, ਜੇ ਤੁਸੀਂ ਇਹਦੇ ਵਿੱਚ ਸਟੱਡੀ ਕਰਕੇ ਦੇਖ ਲਓਗੇ ਲਾਈਨਸ ਦੇ ਧਿਆਨ ਨਾਲ, ਵੈਨ ਵਾਟਰ ਇਜ਼ ਐਂਟਰ ਟੂ ਦੀ ਇਨਕਲੋਜ਼ਰ ਇਟ ਇਜ਼ ਇਟ ਡਿਪੋਜ਼ਿਟ ਦੀ ਸਿਲਟ ਪਾਰਟੀਕਲ। ਸਿਲਟ ਪਾਰਟੀਕਲ ਡਿਪੋਜ਼ਿਟ ਹੋ ਜੂਗੇ ਕੁਛ ਟਾਈਮ ਬਾਅਦ, ਡਿਟੇਨ ਕਰਾਂਗੇ। ਠੀਕ ਆ, ਕੁਛ ਟਾਈਮ ਜਦੋਂ ਅਸੀਂ ਡਿਟੇਨ ਕਰਾਂਗੇ, ਰੋਕਾਂਗੇ ਪਾਣੀ ਨੂੰ, ਖੜਾ ਪਾਣੀ ਰੱਖਾਂਗੇ ਉੱਤੇ, ਸਿਲਟ ਪਾਰਟੀਕਲ ਥੱਲੇ ਬੈਠ ਜਾਓਗੇ। ਠੀਕ ਆ, ਉਸ ਤੋਂ ਬਾਅਦ ਕੀ ਕਰਦੇ ਹੈਗੇ ਆ, ਜਦੋਂ ਸਿਲਟ ਪਾਰਟੀਕਲ ਬੈਠ ਜਾਂਦੇ ਆ, ਦੈਨ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ, ਜਿਹੜਾ ਹੈਗਾ ਆਊਟਲੈਟ ਜਿਹੜੀ ਆ ਉਹ ਕੱਢ ਦੇਣੀ ਆ, ਤੇ ਜਿਹੜਾ ਕ੍ਰੋਸ ਤੁਹਾਡਾ ਹੈਗਾ, ਜਿਹੜਾ ਕ੍ਰੋਸ ਜਿੰਨਾ ਵੀ ਹੈਗਾ ਕ੍ਰੋਸ ਬੈਂਕ ਆ, ਠੀਕ ਆ, ਆਹਲੇ ਬੈਂਕ ਦੇ ਵਿੱਚ ਜਿੰਨੇ ਵੀ ਸਿਲਟ ਹੈਗੀ ਆ, ਸਿਲਟ ਡਿਪੋਜ਼ਿਟ ਹੋ ਗਈ, ਦੈਨ ਉਸ ਤੋਂ ਬਾਅਦ ਕੀ ਆ, ਪਾਣੀ ਅਸੀਂ ਕੱਢ ਦਿੰਦੇ ਆ ਸਾਰੇ ਦਾ ਸਾਰਾ। ਠੀਕ ਆ, ਇੱਥੇ ਤੱਕ ਠੀਕ ਆ ਬੇਟਾ, ਸਮਝ ਲੱਗੀ? ਕਲੀਅਰ ਆ ਸਟੂਡੈਂਟਸ? ਠੀਕ ਆ, ਇੱਥੇ ਤੱਕ ਹੋ ਗਿਆ, ਜੇ ਕੋਈ ਡਾਊਟ ਹੈ ਨਾ। ਹਾਂਜੀ, ਕਲੀਅਰ ਨਹੀਂ ਆਇਆ ਸਰ। ਬੇਟਾ ਦੇਖੋ, ਆਹ ਜਿਹੜਾ ਹੈਗਾ ਇਹ ਆਪਣਾ ਓਰੀਜਨਲ ਬੈਂਕ ਆ, ਇਹ ਆਪਣਾ ਆਪਾਂ ਸਪੋਇਲ ਬੈਂਕ ਇੱਕ ਹੋਰ ਬਣਾ ਲਿਆ ਨਾਲ ਇਹਨੇ। ਠੀਕ ਆ, ਕੈਨਾਲ ਸੈਕਸ਼ਨ ਸਾਡਾ ਇਸ ਸਾਈਡ ਨੂੰ ਆ। ਇੰਨੀ ਚੀਜ਼ ਤਾਂ ਸਮਝ ਲੱਗ ਗਈ ਆ, ਇਹ ਸਕੈਚ ਤਾਂ ਸਮਝ ਲੱਗਦੀ ਪਈ ਆ, ਇਹ ਬੈਂਕ ਉਹ ਨਹੀਂ ਹੈਗਾ, ਇਹ ਐਡੀਸ਼ਨਲ ਬੈਂਕ ਆ ਸਾਈਡ ਦੇ ਉੱਤੇ ਬਣਾਇਆ ਹੋਇਆ। ਠੀਕ ਆ, ਇਹਦੇ ਵਿੱਚੋਂ ਇੱਕ ਇਨਲੈਟ ਕੱਢ ਲਈ ਅਸੀਂ, ਇਹਦੇ ਵਿੱਚੋਂ ਨਾਲ ਦੇ ਬੈਂਕ ਦੇ ਵਿੱਚੋਂ ਇੱਕ ਇਨਲੈਟ ਕੱਢਦੇ ਆ, ਪਾਣੀ ਸਾਰਾ ਇਹਦੇ ਵਿੱਚ ਐਂਟਰ ਕਰਾਉਂਦੇ, ਇਹਨਾਂ ਦੇ ਵਿੱਚ ਐਂਟਰ ਹੋ ਗਿਆ। ਠੀਕ ਆ, ਅਪਸਟ੍ਰੀਮ ਸਾਈਡ ਤੋਂ ਤੁਹਾਨੂੰ ਸਮਝ ਲੱਗੀ, ਆ ਏਰੀਆ ਦੇ ਵਿੱਚ ਪਾਣੀ ਐਂਟਰ ਹੋ ਗਿਆ। ਠੀਕ ਆ, ਪਾਣੀ ਐਂਟਰ ਹੋ ਗਿਆ ਇਸ ਏਰੀਆ ਚ ਸਾਰਾ। ਠੀਕ ਆ, ਮੈਂ ਪਾਣੀ ਨੂੰ ਡਿਟੇਨ ਕਰਤਾ, ਰੋਕਤਾ, ਠੀਕ ਆ, ਲੌਂਗ ਪੀਰੀਅਡ ਦੇ ਲਈ। ਜਦੋਂ ਮੈਂ ਪਾਣੀ ਨੂੰ ਲੌਂਗ ਡਿਊਰੇਸ਼ਨ ਤੱਕ ਇਹਨੂੰ ਰੋਕਦਾ ਹੈਗਾ, ਠੀਕ ਆ, ਦੈਨ ਉਸ ਤੋਂ ਬਾਅਦ ਇੱਕ ਮਿੰਟ ਹੇਅਰ ਰੁਕੋ, ਇੱਕ ਮਿੰਟ ਬੇਟਾ, ਜਦੋਂ ਮੈਂ ਲੌਂਗ ਡਿਊਰੇਸ਼ਨ ਤੱਕ ਰੋਕਾਂਗਾ, ਇਹ ਪਾਣੀ ਜਿਹੜਾ ਹੈਗਾ ਸਿਲਟ ਜਿਹੜੀ ਆ ਡਿਪੋਜ਼ਿਟ ਹੋ ਜਾਏਗੀ। ਦੈਨ ਉਸ ਤੋਂ ਬਾਅਦ ਮੈਂ ਕੀ ਕਰਦਾ ਹੈਗਾ, ਫਿਰ ਇੱਕ ਆਊਟਲੈਟ ਕਰਦਾ ਡਾਊਨਸਟ੍ਰੀਮ ਸਾਈਡ ਤੇ, ਜਿਹੜਾ ਜਿੰਨਾ ਹੈਗਾ ਪਾਣੀ ਉਹ ਰਿਮੂਵ ਹੋ ਜਾਂਦਾ, ਫਿਰ ਦੁਬਾਰਾ ਸੋਰੀ ਇੱਧਰਲੀ ਸਾਈਡ ਨੂੰ ਹੋਏਗਾ, ਫਿਰ ਰਿਮੂਵ ਹੋਏਗਾ ਮੇਨ ਕੈਨਾਲ ਦੇ ਵਿੱਚ। ਇੱਕ ਇਨਲੈਟ ਹੋਏਗਾ, ਇੱਕ ਆਊਟਲੈਟ ਹੋਏਗਾ। ਇਨਲੈਟ ਅਪਸਟ੍ਰੀਮ ਸਾਈਡ ਦੇ ਉੱਤੇ ਆਏਗਾ, ਆਊਟਲੈਟ ਡਾਊਨਸਟ੍ਰੀਮ ਸਾਈਡ ਦੇ ਉੱਤੇ ਪਾਣੀ ਰਿਮੂਵ ਕਰਨ ਦੇ ਲਈ ਆਏਗਾ। ਠੀਕ ਆ, ਓਕੇ, ਹੁਣ ਠੀਕ ਆ ਸ਼ੀਸ਼? ਹਾਂਜੀ ਸਰ। ਠੀਕ ਆ, ਓਕੇ, ਸਾਰਾ ਪਾਣੀ ਜਿਹੜਾ ਹੈਗਾ ਉਹ ਆਪਣਾ
ਰਿਮੂਵ ਹੋ ਗਿਆ ਦੈਨ ਸਾਡੇ ਸਿਲਟ ਬੈਂਕ ਬਣ ਗਏ ਉਹਦੇ ਨਾਲ ਐਡੀਸ਼ਨਲ ਸਟਰੈਂਥ ਪ੍ਰੋਵਾਈਡ ਹੋ ਗਈ ਠੀਕ ਆ ਇਹਦੇ ਵਿੱਚ ਆ ਕੁਛ ਡਿਸਟੈਂਸ ਲਿਖੇ ਹੈਗੇ ਆ ਜੇ ਤੁਸੀਂ ਪੜੋਗੇ 100 to 200 meters ਤੱਕ ਇਹਦਾ ਇੰਟਰਵਲ ਆ ਕ੍ਰੋਸ ਬੈਂਕ ਦਾ ਠੀਕ ਆ ਹੁਣ ਇਹਨੂੰ ਕਹਿੰਦੇ ਆ ਇਨਲੈਟ ਇਨ ਐਂਡ ਆਊਟ ਮੈਥਡ ਇਨ ਐਂਡ ਆਊਟ ਮੈਥਡ ਦੂਜਾ ਹੈਗਾ ਲੌਂਗ ਰੀਚ ਮੈਥਡ ਲੌਂਗ ਰੀਚ ਤੁਸੀਂ ਸਮਝਦੇ ਹੋਣੇ ਆ ਲੌਂਗ ਡਿਸਟੈਂਸ ਦੀ ਗੱਲ ਕਰ ਰਹੇ ਆ ਠੀਕ ਆ ਇਹਦੇ ਵਿੱਚ ਦੇਖੋ ਦੀ ਓਨਲੀ ਡਿਫਰੈਂਸ ਬਿਟਵੀਨ ਦੀ between in and out method and long reach method is that is the former case is distance between cross bank varies from 100 to 200 meters theek hai 100 to 200 meters si te ede vich ki aa ki ede vich 1200 to 1400 ditta hoya e farak aa theek hai baki same cheez hai sketch same hi aayega tadi book de vich vi ditta hoya hai tusi shayad eagle di zyada tar student mere sath na le rahe aa e ips de vich ho aa theek hai e main upload kar danga youtube te tusi je air vichon vi karna hunga tusi kar sakde ho any time aa sare da sara vich hi paya hoyega theek hai je phir vi tusi screenshot lene aa naal da tusi le sakde ho then us to baad agla ki aa internal silting method jehda hega inu tusi bas eh samajh lo ke ehde vich ki kite handa jadon assi nave bank banande aa jadon assi navi canal banande udo hi ehnu karde aa ehde vich ki ke internal side de utte assi jehdi aa silting deposit karde aa oh outer side de si ehde vich internal side de sige ਠੀਕ ਆ ਅਸੀਂ ਕਰਦੇ ਆ ਜੇਕਰ ਅਸੀਂ ਇਹਦੇ ਵਿੱਚ ਦੇਖਾਂਗੇ ਠੀਕ ਆ ਬਾਕੀ ਇਹਦੇ ਵਿੱਚ ਕੀ ਆ ਵੈਨ ਦੀ ਬੈਂਕ ਆਫ ਦੀ ਕੈਨਾਲ ਸੈਕਸ਼ਨ ਇਜ਼ ਫੁਲੀ ਫਿਲਿੰਗ ਦੀ ਬੈਂਕ ਇਜ਼ ਸਬਜੈਕਟਡ ਟੂ ਵਾਟਰ ਪ੍ਰੈਸ਼ਰ ਦੀ ਐਗਜ਼ਿਸਟਿੰਗ ਐਵਰੀ ਪੋਸਿਬਿਲਿਟੀ ਆਫ ਦੀ ਡੈਮੇਜ ਇਜ਼ ਅਕਵਿੰਗ ਟੂ ਦੀ ਬੈਂਕ ਅੰਡਰ ਦੀਸ ਕੰਡੀਸ਼ਨ ਇਟ ਇਜ਼ ਵੈਰੀ ਅਸੈਂਸ਼ੀਅਲ ਟੂ ਸਟਰੈਂਥ ਦੀ ਕੈਨਾਲ ਬੈਂਕ ਐਸ ਦੀ ਬੈਂਕ ਇਜ਼ ਕੰਸਟਰਕਟਡ ਵਿਦ ਸੋਇਲ ਆਫ ਐਕਸਟਰਾ ਸਟਰੈਂਥ can be gained by increasing the section of the bank in order to keep the cost of construction low additional soil for the increasing the bank section may be derived from the natural process of silting internally theek hai internally silting jehdi aa ikatthi karde internal silting apa kidda karde hage aa ide vich tusi dekhna aa spurs likha hoya theek hai aa dekhde pe ho a word ਹਾਂਜੀ ਇਹ ਪਤਾ ਕੀ ਆ ਜਿਹੜੀ ਕੈਨਾਲ ਜਦੋਂ ਆਪਾਂ ਬਣਾਉਂਦੇ ਆ ਨਾ ਕੈਨਾਲ ਦੇ ਵਿੱਚ ਕੀ ਆ ਕਿ ਇੱਕ ਅਸੀਂ ਸਟਰਕਚਰ ਇੱਕ ਕੰਸਟਰਕਟ ਕਰਦੇ ਆ ਤੁਸੀਂ ਅੱਗੇ ਫਰਦਰ ਦੇਖੋਗੇ ਠੀਕ ਆ ਉਹ ਕੀ ਆ ਕਿ ਇੱਕ ਤਰ੍ਹਾਂ ਨਾਲ ਬੈਂਕ ਨੂੰ ਸੇਵ ਕਰਦਾ ਹੈਗਾ ਤੇ ਸਿਲਟ ਡਿਪੋਜ਼ਿਟ ਦੇ ਵਿੱਚ ਹੈਲਪ ਕਰਦਾ ਹੈਗਾ ਇਸ ਤਰੀਕੇ ਦਾ ਹੁੰਦਾ ਠੀਕ ਆ ਆਪਾਂ ਅੱਗੇ ਅੱਗੇ ਰੋ ਰਿਵਰ ਟ੍ਰੇਨਿੰਗ ਵਰਕ ਪੜਾਂਗੇ ਉਹਦੇ ਵਿੱਚ ਆਪਾਂ ਡਿਟੇਲਿੰਗ ਇਹਦੀ ਪੜਾਂਗੇ ਸਪਰਸ ਕੀ ਆ ਸਪਰਸ ਕ੍ਰੋਇੰਗ ਵਗੈਰਾ ਹੋਣਗੇ ਉਹ ਚ ਆਪਾਂ ਡਿਟੇਲਿੰਗ ਦੇਖਾਂਗੇ ਮੇਨ ਕੀ ਆ ਕਿ ਇਹ ਦੇਖੋ ਕਿ ਇਹ ਸਿਲਟ ਡਿਪੋਜ਼ਿਟ ਕਰਨ ਦੇ ਲਈ ਹੈਲਪ ਕਰਦਾ ਹੈਗਾ ਫਿਰ ਉਸ ਤੋਂ ਬਾਅਦ ਇਹਨੂੰ ਅਸੀਂ ਦੇ ਦਿੰਦੇ ਆ ਜਿਹੜੀ ਉਹਦੀ ਸਲੋਪ ਹੈਗੀ ਆ ਠੀਕ ਆ ਇਹਦੇ ਨਾਲ ਕੀ ਆ ਕਿ ਇਹ ਜਿਹੜੇ ਮੈਥਡਸ ਆ ਇਹਦੇ ਨਾਲ ਆਪਣੇ ਬੈਂਕਸ ਨੂੰ ਐਕਸਟਰਾ ਸਟਰੈਂਥ ਮਿਲ ਗਈ ਜੇਕਰ ਉਹਨਾਂ ਵਿੱਚ ਫੁੱਲ ਸਪਲਾਈ ਵੀ ਆਉਂਗੀ ਤੇ ਆਪਾਂ ਨੂੰ ਪ੍ਰੋਬਲਮ ਨਹੀਂ ਆਏਗੀ ਠੀਕ ਆ ਇਹ ਚੀਜ਼ ਆ ਉਹਦੇ ਵਿੱਚ ਮਿਹਨਤ ਘੱਟ ਹੈ ਟੈਕਨੀਕ ਆ ਇੱਕ ਠੀਕ ਆ ਡਿਪੋਜ਼ਿਟ ਵੀ ਹੋ ਜਾਂਦਾ ਸਿਲਟ ਦਾ ਠੀਕ ਆ ਉਸ ਤੋਂ ਬਾਅਦ ਬੇਟਾ ਕੀ ਆ ਸਟੂਡੈਂਟਸ ਅੱਗੇ ਆਪਾਂ ਜਾਵਾਂਗੇ ਕਲੋਜ਼ਿੰਗ ਦੀ ਕਨਾਲ ਬ੍ਰੀਚਿਸ ਕਨਾਲ ਬ੍ਰੀਚਿਸ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈਗਾ ਕੀ ਆ ਕਿ ਇੱਕ ਜਿਹੜੀ ਕਨਾਲ ਹੈਗੀ ਆ ਠੀਕ ਆ ਆਪਾਂ ਕਨਾਲ ਜਿਹੜੀ ਬਣਾਉਂਦੇ ਆ ਉਹ ਇਸ ਤਰੀਕੇ ਨਾਲ ਹੁੰਦੀ ਆ ਠੀਕ ਆ ਉਹਦਾ ਜਿਹੜਾ ਕ੍ਰੋਸ ਸੈਕਸ਼ਨ ਹੁੰਦਾ ਕੀ ਆ ਕਨਾਲ ਬ੍ਰੀਚਿਸ ਦੇ ਕੇਸ ਦੇ ਵਿੱਚ ਕਿ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਜਦੋਂ ਆਉਂਦਾ ਹੈਗਾ ਸਪੀਡ ਦਾ ਫੁੱਲ ਸਪਲਾਈ ਲੈਵਲ ਜਾਂ ਕੁਛ ਵੀ ਆ ਇਹ ਕੀ ਆ ਕਿ ਇਹਦੀ ਲਾਈਨਿੰਗ ਵੀ ਟੁੱਟ ਗਈ ਜੇ ਲਾਈਨਿੰਗ ਨਹੀਂ ਹੈਗੀ ਤਾਂ ਵੀ ਕੀ ਹੁੰਦਾ ਕੀ ਆ ਕਿ ਆਹ ਜਿਹੜਾ ਹੈਗਾ ਡਿਪੋਜ਼ਿਟ ਹੋ ਗਈ ਸਿਲਟ ਠੀਕ ਆ ਆ ਸਾਰਾ ਜਿਹੜੀ ਆ ਇਰੋਜ਼ਨ ਹੋ ਗਈ ਸਾਈਡ ਤੋਂ ਇਧਰੋਂ ਵੀ ਇਰੋਜ਼ਨ ਹੋ ਗਈ ਇਹਦੇ ਨਾਲ ਕੀ ਆ ਜਿਹੜੇ ਬੈਂਕਸ ਹੈਗੇ ਇੱਕ ਤਰ੍ਹਾਂ ਨਾਲ ਮੈਂ ਕਿਹਾ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਫੇਲ ਹੋ ਗਈ ਆ ਠੀਕ ਆ ਜਿਹੜੀ ਆਪਣਾ ਸੈਕਸ਼ਨ ਆ ਠੀਕ ਆ ਉਹ ਜਿਹੜੀ ਅਸੀਂ ਸਲੋਪ ਦਿੱਤੀ 1/1 ਉਹ ਸਾਰੀ ਖਰਾਬ ਹੋ ਗਈ ਆ ਠੀਕ ਆ ਉਹ ਕੁਛ ਹੋਰ ਹੀ ਬਣ ਗਿਆ ਉਹਦਾ ਠੀਕ ਆ ਇਹ ਚੀਜ਼ ਆ ਜਿਹੜੀ ਸੋਇਲ ਹੈਗੀ ਆ ਇਰੋਡ ਹੋ ਕੇ ਇੰਟਰਨਲ ਸਾਈਡ ਦੇ ਉੱਤੇ ਆਉਂਦੀ ਹੈ ਕ੍ਰੋਸ ਸੈਕਸ਼ਨ ਦੇ ਠੀਕ ਆ ਜੋ ਅਸੀਂ ਟ੍ਰੈਪੇਜ਼ੋਇਡਲ ਸ਼ੇਪ ਦਿੱਤੀ ਆ ਉਹ ਸਾਰੀ ਖਰਾਬ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਆ ਕਿ ਜਿਹੜਾ ਏਰੀਆ ਹੈਗਾ ਉਹ ਘਟ ਜਾਂਦਾ ਹੈਗਾ ਇਫੈਕਟਿਵਲੀ ਜਿਹੜਾ ਵਰਕ ਕਰ ਰਿਹਾ ਹੈਗਾ ਕੈਨਾਲ ਦੇ ਫਲੋ ਲਈ ਡਿਸਚਾਰਜ ਠੀਕ ਆ ਤੇ ਇਹ ਚੀਜ਼ ਕਿਉਂ ਹੁੰਦੀ ਹੈਗੀ ਆ ਠੀਕ ਆ ਇਹਦੇ ਵਿੱਚ ਕੁਝ ਹੈਗੇ ਆ ਇੱਕ ਤਾਂ ਆਪਣੇ ਹੈਗੀ ਫਾਲਟੀ ਕੰਸਟਰਕਸ਼ਨ ਜਿਹੜੀ ਹੈਗੀ ਆ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਅਸੀਂ ਉਹਨੂੰ ਕਰਦੇ ਹੈਗੇ ਆ ਕੰਪੈਕਸ਼ਨ ਕਰਦੇ ਆ ਕੰਪੈਕਸ਼ਨ ਜਦੋਂ ਵੀ ਕੀਤੀ ਜਾਂਦੀ ਆ ਉਹਨੂੰ ਪ੍ਰੋਪਰ ਵੇ ਦੇ ਨਾਲ ਕੰਪੈਕਸ਼ਨ ਹੋਣੀ ਚਾਹੀਦੀ ਆ ਜੇ ਅਸੀਂ ਬੈਂਕ ਬਣਾ ਰਹੇ ਆ ਠੀਕ ਆ ਤੇ
ਉਹ ਜੇਕਰ ਅਸੀਂ ਸਹੀ ਨਹੀਂ ਕਰਦੇ, ਵਾਟਰ ਵਗੈਰਾ ਚ ਨਹੀਂ ਕਰਦੇ ਹੈਗੇ, ਠੀਕ ਆ, ਜਿਹੜੀ ਉਹਦੀ ਕੰਪੈਕਸ਼ਨ ਜੇਕਰ ਨਹੀਂ ਸਹੀ ਹੋਏਗੀ ਤੇ ਉਹਦੀ ਇਰੋਜ਼ਨ ਹੋ ਜਾਏਗੀ। ਬਾਕੀ ਇਹ ਹੈ ਕਿ ਆਪਾਂ ਉਹਦੀ ਸਲੋਪ ਕਿੰਨੀ ਪ੍ਰੋਵਾਈਡ ਕਰਦੇ ਹਾਂ, ਸਾਨੂੰ ਟਾਈਪ ਆਫ ਸੋਇਲ ਦੇ ਅਕੋਰਡਿੰਗਲੀ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਲੋਪ ਹੁੰਦੀ ਆ ਡਿਫਰੈਂਟ, ਠੀਕ ਆ, ਡਿਫਰੈਂਟ ਸੋਇਲ ਦੀ ਡਿਫਰੈਂਟ ਸਲੋਪ ਦਿੱਤੀ ਹੁੰਦੀ ਆ, ਠੀਕ ਆ, ਤੇ ਉਹਦੇ ਚ ਜਿੱਦਾਂ ਹੁਣ 1:1 ਆਪਾਂ ਜਨਰਲੀ ਲੈਂਦੇ ਆ ਇਹਦੇ ਵਿੱਚ, ਠੀਕ ਆ। ਜੇਕਰ ਅਸੀਂ ਗਲਤ ਸਲੋਪ ਲੈ ਲਾਂਗੇ ਕਈ ਜਗ੍ਹਾ ਦੇ ਉੱਤੇ, ਸੋਇਲ ਦੀ ਕੰਡੀਸ਼ਨ ਵੀ ਹੋਰ ਆ, ਅਕੋਰਡਿੰਗ ਟੂ ਸੋਇਲ ਵੀ ਡਿਪੈਂਡ ਕਰਦਾ, ਠੀਕ ਆ, ਸੋਇਲ ਕਿੱਦਾਂ ਰਹੀ ਆ, ਕੰਪੈਕਸ਼ਨ ਕਿੱਦਾਂ ਰਹੀ ਕੀਤੀ, ਉਹ ਸਾਰੀ ਚੀਜ਼ਾਂ ਵੇਰੀ ਕਰੂੰਗੀਆਂ, ਠੀਕ ਆ। ਪੋਲਟੀ ਕੰਸਟਰਕਸ਼ਨ ਜਿਹੜੀ ਹੈਗੀ ਡਿਊਰਿੰਗ ਜਿਹੜੀ ਆ ਜਦੋਂ ਕੰਮ ਕਰਦੇ ਪਏ ਆ ਉਦੋਂ ਹੀ ਹੁੰਦਾ ਜਿਹੜਾ ਮਟੀਰੀਅਲ ਯੂਜ ਕਰਦੇ ਪਏ, ਠੀਕ ਆ। ਇਨ ਦਿਸ ਕੇਸ ਆਫ ਡਿਜ਼ਾਈਨ ਆਫ ਦੀ ਕੈਨਾਲ ਸੈਕਸ਼ਨ ਸ਼ੁੱਡ ਬੀ ਸੱਚ ਡੈਟ ਵਾਟਰ ਇਜ ਅਨੇਬਲ ਟੂ ਪਾਸ ਓਵਰ ਦੀ ਬੈਂਕ ਆਫ ਦੀ ਕੈਨਾਲ, ਦੀ ਫੁੱਲ ਸਪਲਾਈ ਲੈਵਲ ਆਫ ਦੀ ਕੈਨਾਲ ਮਸਟ ਬੀ ਬਿਲੋ ਦੀ ਟੋਪ ਆਫ ਦੀ ਬੈਂਕ। ਉਹੀ ਪੋਲਟੀ ਕੰਸਟਰਕਸ਼ਨ ਦੀ ਗੱਲ ਕੀਤੀ। ਉਸ ਤੋਂ ਬਾਅਦ ਕੀ ਆ ਕਿ ਲੀਕੇਜ ਜਿਹੜੀ ਹੈਗੀ ਆ, ਲੀਕੇਜ ਹੋ ਰਹੀ ਆ, ਕੋਈ ਪੋਰਟ ਕੁਛ ਹੋਲਡ ਵਗੈਰਾ ਹੈਗੇ ਹੋ ਗਏ ਆ, ਠੀਕ ਆ, ਕੋਈ ਰੈਟਸ ਵਗੈਰਾ ਹੁੰਦੀਆਂ ਹੈਗੀਆਂ, ਉਹ ਜਿਹੜੇ ਕੀੜੇ ਆ ਉਹ ਬਣਾ ਦਿੰਦੇ ਆ ਨਾ ਵਿੱਚ ਛੋਟੇ ਛੋਟੇ ਹੋਲ, ਉਹ ਚੀਜ਼ ਆ ਜਾਂਦੀ ਹੈ, ਠੀਕ ਆ, ਉਹਨੂੰ ਅਸੀਂ ਕਹਿ ਦਿੰਦੇ ਆ। ਦੈਨ ਉਸ ਤੋਂ ਬਾਅਦ ਜਿਹੜੀ ਹੈਗੀ ਆ ਪੀਪਿੰਗ ਥਰੂ ਦੀ ਐਕਸੈਸ ਵਾਟਰ ਆ ਜਾਂਦਾ, ਇਫ ਦੀ ਸਪਲਾਈ ਆਫ ਦੀ ਕੈਨਾਲ ਇਜ ਇਨਕਰੀਜ ਮੋਰ ਦੈਨ ਦੀ ਫੁੱਲ ਸਪਲਾਈ ਲੈਵਲ, ਦੈਨ ਦੀ ਚਾਂਸ ਆਫ ਪੀਪਿੰਗ ਇਨ ਮੋਰ ਡਿਊ ਟੂ ਦੀ ਫੈਕਟ ਡੈਟ ਦੀ ਸੀਪੇਜ ਇਨਕਰੀਜ ਵਿਚ ਸਟਰਕਚਰ ਇਜ ਡਰਾਈ ਸੋਇਲ। ਇਹਦੇ ਵਿੱਚ ਕੀ ਆ ਕਿ ਜਿਹੜਾ ਆਪਣਾ ਹੈਗਾ ਦੇਖੋਗੇ, ਜੇਕਰ ਆਪਾਂ ਫੁੱਲ ਸਪਲਾਈ ਲੈਵਲ ਕੱਢਾਂਗੇ, ਠੀਕ ਆ, ਇਹਦੇ ਵਿੱਚੋਂ ਕੀ ਆ ਕਿ ਹੌਲੀ ਹੌਲੀ ਪਾਣੀ ਜਿਹੜਾ ਹੈਗਾ ਉਹ ਵਾਇਡਸ ਲੱਭ ਕੇ ਉਹਦੇ ਵਿੱਚੋਂ ਇਹਦੀ ਪਾਸ ਹੋ ਲੱਭਦਾ, ਠੀਕ ਆ, ਤੇ ਜਿੱਥੇ ਅੰਬੈਂਕਮੈਂਟ ਦੇ ਵਿੱਚ ਆ, ਠੀਕ ਆ, ਖਾਸ ਕਰਕੇ ਕਟਿੰਗ ਦੇ ਵਿੱਚ ਤਾਂ ਨਹੀਂ ਪ੍ਰੋਬਲਮ ਆਉਂਦੀ ਦੂਜੇ ਚ ਆਉਂਦੀ। ਦੈਨ ਉਸ ਤੋਂ ਬਾਅਦ ਕੀ ਆ ਕਿ ਆਪਾਂ ਪੈਸੇਜ ਬਣਾ ਦਿੰਦਾ ਪਾਣੀ, ਉਹਦੇ ਨਾਲ ਫੇਲੀਅਰ ਹੋਣ ਲੱਗ ਪੈਂਦੇ ਆ, ਠੀਕ ਆ, ਇਹ ਕੈਨਾਲ ਬ੍ਰੀਚਿਸ ਦੇ ਕੇਸ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ, ਠੀਕ ਆ। ਹੁਣ ਕੀ ਆ ਕਿ ਆਪਾਂ ਇਹਦੇ ਵਿੱਚ ਕੀ ਕਰ ਕੀ ਸਕਦੇ ਆ ਕਿ ਇਹਨੂੰ ਰੋਕਿਆ ਕਿੱਦਾਂ ਆ, ਹਰਦਾ ਜਿਹੜੇ ਹੋਲ ਵਗੈਰਾ ਹੈਗੇ ਆ, ਇੱਕ ਤਾਂ ਜਿਹੜੀ ਕੰਸਟਰਕਸ਼ਨ ਜਦੋਂ ਕਰਨੀ ਡਿਜ਼ਾਇਨ ਉਹਦਾ ਪ੍ਰੋਪਰ ਸਹੀ ਤਰੀਕੇ ਦੇਖਣਾ ਚਾਹੀਦਾ, ਠੀਕ ਆ। ਦੂਜੀ ਕੀ ਆ ਕਿ ਜਿਹੜੀ ਹੈਗੀ ਆ ਆਪਾਂ ਗੱਲ ਕਰਦੇ ਹੈਗੇ ਆ ਜਿਹੜੀ ਲੈਂਡ ਹੈਗੀ ਆ, ਠੀਕ ਆ, ਇੱਕ ਚੀਜ਼ ਹੋਰ ਹੁੰਦੀ ਆ ਕਿ ਜਿਹੜੇ ਹੈਗੇ ਨਾ ਫਾਰਮਰਸ ਹੈਗੇ ਆ, ਠੀਕ ਆ, ਫਾਰਮਰਸ ਹੈਗੇ ਆ ਉਹ ਕੀ ਕਰਦੇ ਹੈਗੇ ਆ, ਕੌਜ਼ਿਸ ਆਪਾਂ ਜਿਹੜੇ ਇੱਥੇ ਦੇਖਦੇ ਪਏ ਸੀਗੇ ਕਿ ਉਹ ਕੱਟ ਲਗਾ ਦਿੰਦੇ ਆ, ਉਹ ਆਊਟਲੈਟ ਥਰੂ ਪਾਣੀ ਨਹੀਂ ਲੈਂਦੇ, ਉਹ ਕਹਿੰਦੇ ਸਾਨੂੰ ਪਾਣੀ ਮਿਲ ਜਾਏ, ਠੀਕ ਆ, ਇੱਧਰੋਂ ਹੀ ਕੈਨਾਲ ਤੋਂ ਫੇਰੀ ਮੇਨ ਕਿਤੇ ਵੀ ਕੈਨਾਲ ਤੇ ਲਾ ਦਿੰਦੇ ਆ, ਉਹ ਕਿ ਆਪਣਾ ਕੱਟ ਲਗਾਉਂਦੇ ਆ ਕਿ ਪਾਣੀ ਮਿਲ ਜਾਵੇ, ਠੀਕ ਆ, ਕੋਈ ਨਾ ਕੋਈ ਜੁਗਾੜ ਲਾ ਕੇ ਉਹਦੇ ਨਾਲ ਉਹ ਡੈਮੇਜ ਹੋ ਜਾਂਦੇ, ਠੀਕ ਆ। ਤੇ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਕਿ ਉਹਨਾਂ ਉੱਤੇ ਜਿਹੜੇ ਇੱਦਾਂ ਲਗਾਉਂਦੇ ਆ ਉਹਨਾਂ ਉੱਤੇ ਸਟ੍ਰਿਕਟਲੀ ਆਪਾਂ ਐਕਸ਼ਨ ਲੈ ਸਕਦੇ ਹਾਂ ਕੋਈ ਲੀਗਲ, ਤੇ ਉਹਦੇ ਨਾਲ ਉਹ ਚੀਜ਼ ਜਿਹੜੀ ਹੈਗੀ ਆ ਨਹੀਂ ਕਰੂੰਗੇ, ਕੋਈ ਕਿਸੇ ਤਰ੍ਹਾਂ ਦੇ ਕੱਟ ਨਹੀਂ ਲਗਾਉਂਗੇ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਜਿਹੜੀ ਚੀਜ਼ ਹੈਗੀ ਆ ਆਪਾਂ ਜਿਹੜੀ ਮੇਜਰ ਡਿਸਟ੍ਰੀਬਿਊਟਰੀ ਆ ਮਾਈਨਰ ਡਿਸਟ੍ਰੀਬਿਊਟਰੀ ਆ ਉੱਥੋਂ ਅਸੀਂ ਆਊਟਲੈਟਸ ਕੱਢਦੇ ਆ, ਥਰੂ ਆਊਟਲੈਟਸ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜਾ ਪਾਣੀ ਸਪਲਾਈ ਕਰਦੇ, ਇਹ ਨਹੀਂ ਕਿ ਕਿਤੋਂ ਵੀ ਬੈਂਕ ਤੋਂ ਅਸੀਂ ਕੱਟ ਲਗਾ ਕੇ ਤੇ ਅਸੀਂ ਆਪਣੇ ਲਈ ਪਾਣੀ ਕੱਢ ਲਈਏ, ਠੀਕ ਆ।